ਬਠਿੰਡਾ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ਤੇ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਦੀ ਟੱਕਰ ਵਿੱਚ ਪੰਜਾਬ ਪੁਲਿਸ ਦੇ ਨਵੇਂ ਬਣੇ ਏਐਸਆਈ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਮੁਖਤਿਆਰ ਸਿੰਘ ਵਾਸੀ ਬੁੱਢੀਮਲ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮੁਖਤਿਆਰ ਸਿੰਘ, ਜਿਸ ਦੀ ਇੱਕ ਦਿਨ ਪਹਿਲਾਂ ਹੀ ਤਰੱਕੀ ਹੋਈ ਸੀ ਤੇ ਅੱਜ ਉਸ ਦੇ ਤਰੱਕੀ ਦਾ ਸਟਾਰ ਲੱਗਣਾ ਸੀ, ਜਦੋਂ ਆਪਣੇ ਮੋਟਰਸਾਈਕਲ ਤੇ ਦੋਦਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਕਿ ਪਿੰਡ ਭੁੱਲਰ ਦੇ ਪੈਟਰੋਲ ਪੰਪ ਨੇੜੇ ਅਚਾਨਕ ਮੋਟਰਸਾਈਕਲ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਸੰਬੰਧੀ ਪੁਲਿਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇ ਸਾਨੂੰ ਇੱਕ ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਸੀਗਾ ਥਾਣੇ ਕਿ ਭੁੱਲਰਾਂ ਕੋਲ ਐਕਸੀਡੈਂਟ ਹੋ ਗਿਆ, ਉੱਥੇ ਪਹੁੰਚੋ। ਅਸੀਂ ਜਦੋਂ ਗਏ ਹਾਂ ਤਾਂ ਐਕਸੀਡੈਂਟ ਹੋਇਆ ਪਿਆ ਸੀ, ਮੋਟਰਸਾਈਕਲ ਉੱਥੇ ਪਿਆ ਸੀ ਡਿੱਗਿਆ, ਅਤੇ ਜਿਹੜਾ ਟਰੈਕਟਰ ਟਰਾਲੀ ਖੜ੍ਹਾ ਸੀ ਕੋਲੇ, ਅਤੇ ਉਹਨੂੰ ਜਿਹੜਾ ਬੰਦਾ ਜ਼ਖਮੀ ਸੀ ਉਹਨੂੰ ਇੱਥੇ ਲਿਆਏ ਸੀਗੇ ਹਸਪਤਾਲ 'ਚ। ਜਦੋਂ ਅਸੀਂ ਰਸਤੇ 'ਚ ਆਏ ਅੰਬੇਦਕਰ ਚੌਂਕ ਕੋਲੇ, ਉਦੋਂ ਸਾਨੂੰ ਸਾਡਾ ਡਰਾਈਵਰ ਬਲਵਿੰਦਰ ਸਿੰਘ ਮਿਲਿਆ, ਨਾਲ ਉਹਦੇ ਹਰਵਿੰਦਰ ਸਿੰਘ ਡਰਾਈਵਰ ਸੀਗਾ। ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਅੱਜ ਅਸੀਂ ਬਠਿੰਡਾ ਰੋਡ ਤੋਂ ਰਹੇ ਹਾਂ, ਭੁੱਲਰਾਂ ਤੋਂ ਆ ਰਹੇ ਸੀਗੇ, ਭੁੱਲਰਾਂ ਵੱਲ ਨੂੰ ਆ ਰਹੇ ਸੀਗੇ, ਅਤੇ ਇਹ ਜਿਹੜਾ ਮੁਖਤਿਆਰ ਸਿੰਘ ਸੀ ਸਾਡੇ ਅੱਗੇ ਸੀਗਾ ਮੋਟਰਸਾਈਕਲ 'ਤੇ ਜੀ। 20-25 ਕਰਮਾਂ ਦਾ ਫਰਕ ਸੀ ਸਾਡਾ ਆਪਸ ਵਿੱਚ, ਅਤੇ ਜਦੋਂ ਅਸੀਂ ਪੈਟਰੋਲ ਪੰਪ ਦੇ ਨਜ਼ਦੀਕ ਪਹੁੰਚੇ ਮੁਖਤਿਆਰ ਸਿੰਘ, ਅਤੇ ਸਾਈਡ ਤੋਂ ਟਰੈਕਟਰ ਆਉਂਦਾ ਜੀ ਸ਼ਿਵਰਾਜ 855, ਅਤੇ ਉਹਨੂੰ ਗੁਰਵਿੰਦਰ ਸਿੰਘ ਮੈਂਬਰ ਪੰਚਾਇਤ ਚਲਾਉਂਦਾ ਜੀ ਭੁੱਲਰਾਂ ਦਾ ਜੀ, ਅਤੇ ਉਹਨੇ ਬੜਾ ਤੇਜ਼ ਰਫ਼ਤਾਰ ਲਈ ਆਉਂਦਾ, ਅਤੇ ਉਹਨੇ ਇੱਕਦਮ ਪੈਟਰੋਲ ਪੰਪ ਨੂੰ ਵੱਲ ਮੋੜਤਾ, ਅਤੇ ਜਿਹੜਾ ਮੁਖਤਿਆਰ ਸਿੰਘ ਹੈ ਤਾਂ ਉਹ ਤੋਂ ਮਤਲਬ ਪੈਟਰੋਲ ਨਹੀਂ ਹੋਇਆ ਕਿਉਂਕਿ ਇੱਕਦਮ ਮੋਟਰਸਾਈਕਲ ਉਹਨਾਂ ਟਰੈਕਟਰ ਮੋਟਰਨੇ ਕਰਕੇ, ਅਤੇ ਉਹ ਟਰਾਲੀ ਨਾਲ ਉਹਦਾ ਜਿਹੜਾ ਮੋਟਰਸਾਈਕਲ ਟਕਰਾ ਗਿਆ, ਅਤੇ ਟਕਰਾਉਣ ਕਰਕੇ ਸੜਕ 'ਤੇ ਡਿੱਗ ਪਏ, ਅਤੇ ਸੜਕ 'ਤੇ ਡਿੱਗਣ ਸਾਰ ਹੀ ਉਹਦੇ ਸਿਰ ਅਤੇ ਮੱਥੇ 'ਚ ਸੱਟਾਂ ਲੱਗ ਗਿਆ, ਅਤੇ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ। ਰਵਿੰਦਰ ਸਿੰਘ ਦੀ ਸਟੇਟਮੈਂਟ 'ਤੇ ਮੁਕੱਦਮਾ ਦਰਜ ਕਰਤਾ ਜੀ। ਪਲਾਜ਼ਮਾ ਜੀ ਸਾਡਾ ਐਸ ਪੀ ਹੈੱਡਕੁਆਰਟਰ ਸਾਹਿਬ ਨਾਲ ਡਰਾਈਵਰ ਆ ਜੀ, ਔਨ ਡਿਊਟੀ ਸੀ ਜੀ।